ਹਾਂ ਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਜੀ। ਇੱਕ ਬਾਈ ਤਾਜੀ ਸੂਈ ਵੀ ਆ, ਇੱਕ ਐਰਸ਼ਰ ਬਾਈ ਟੋਪ ਬਰੀਡ ਟੋਕੜ ਗੱਬਣ, ਇੱਕ ਕੱਲੀ ਟੋਕੜਾ ਬਾਈ। ਆਓ ਪੁੱਛ ਲੈਂਦੇ ਹਾਂ ਬਾਈ ਤੁਹਾਡੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹੋਰ ਠੀਕ ਹੋ? ਵਧੀਆ ਵਧੀਆ ਡਾਕਟਰ ਸਾਹਿਬ, ਵਧੀਆ ਜੀ। ਨਾਮ ਤੇ ਐਡਰੈਸ ਬੋਲ। ਨਾਮ ਡਾਕਟਰ ਲੱਖੀ ਪਿੰਡ ਨੈਣੇਵਾਲ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ। ਨੇੜੇ ਪਿੰਡ ਬਾਈ। ਇੱਧਰ ਸੰਨਾ ਗੁਲਾਬ ਸਿੰਘ ਪਧੌੜ ਤੇ ਸੰਧੂ ਕਲਾਂ ਜੀ। ਮੋਬਾਈਲ ਨੰਬਰ ਬੋਲ 6286-1233 ਡਾਕਟਰ। ਠੀਕ ਆ ਬਾਈ। ਹਾਂਜੀ ਐਰਸ਼ਰ ਤੋਂ ਕਰ ਲਈ ਸਰ? ਹਾਂਜੀ ਐਰਸ਼ਰ ਤੋਂ ਕਰ ਲਈ। ਕਿਹੜਾ ਸੂਆ ਸੂਈ ਵੀ ਆ ਇਹ ਡਾਕਟਰ? ਪਹਿਲਾ ਸੂਆ ਸੂਈ ਵੀ ਆ। ਠੀਕ ਆ ਠੀਕ ਆ। ਦੂਜੇ ਲਈ 3.5 ਮਹੀਨੇ ਦੀ ਚੈੱਕ ਪਾਸ ਆ। 3.5 ਮਹੀਨੇ ਦੀ ਚੈੱਕ ਪਾਸ? ਹਾਂ। ਅਗਲਾ ਆਪਦੀ ਕਰਾ ਲੈ ਹਨਾ? ਅਗਲਾ ਆਪਦੀ ਕਰਾ ਲੇ। ਆਪਾਂ 15 ਲੀਟਰ ਦੁੱਧ ਮਿਣਕੇ ਲੈ ਕੇ ਆਂਦਾ। ਠੀਕ ਆ। 14 ਮਿਣਕੇ ਦੇ ਦਿਆਂਗੇ। ਠੀਕ ਆ। ਐ ਨੀ ਹੈਗਾ ਕਹਿਣ ਦੀਆਂ ਗੱਲਾਂ ਨੀ, ਕੋਈ ਮਰਜ਼ੀ ਬਾਈ ਆਪਦੀ 2 ਟਾਈਮ 3 ਟਾਈਮ ਚੋ ਕੇ ਲਿਜਾ ਸਕਦਾ। ਠੀਕ ਆ ਜੀ। ਇੱਕ ਤਾਂ ਆਪਾਂ ਕਹਿ ਦਿੰਦੇ ਆ, ਸਹੀ ਗੱਲ ਆ। ਆਪਾਂ ਜੇ ਦੂਰੋਂ ਨੇੜੋਂ ਕੋਈ ਬਾਈ ਆਊ, ਖਰਚਾ ਵੀ ਦੇ ਦਿਆਂਗੇ। ਓਕੇ। ਜੇ ਅਗਲਾ ਕਹੇ ਵੀ ਦੁੱਧ ਨਾ ਪੂਰਾ ਨਿਕਲੇ, ਆਪਾਂ ਗੱਡੀ ਤੇ ਆਵੇ ਗੱਡੀ ਦਾ ਖਰਚਾ ਦੇਵਾਂਗੇ, ਮੋਟਰਸਾਈਕਲ ਤੇ ਆਵੇ ਤੇ ਮੋਟਰਸਾਈਕਲ ਦਾ ਖਰਚਾ ਦੇਵਾਂਗੇ। ਠੀਕ ਆ ਬਾਈ। ਹਾਂ ਇੱਧਰ ਦੀ ਆਜੋ, ਵੱਡਾ ਕੱਡ ਕਾਠ ਆ। ਸਹੀ ਗੱਲ ਆ। ਨਾੜਾਂ ਦਿਖਾਓ ਲੇਵੇ। ਨਾੜਾਂ ਦੇਖੋ ਬਈ ਲੇਵੇ ਤੇ, ਕਿਆ ਬਾਤ ਆ, ਕੱਲੀ ਕੱਲੀ ਨਾੜਾਂ ਐ ਖੜੀ ਆ ਹਨਾ, ਕਿਆ ਬਾਤ ਆ। ਐਰ ਸਹਿਰ ਕਹਿੰਦੇ ਡਾਕਟਰ ਉਹ ਆ ਜਿਹਨੂੰ ਪਰਖ ਆ। ਪਰਖ ਆ ਗਈ। ਠੀਕ ਆ। ਨਾੜ ਨੂੜ ਪੂਰੀ ਚੰਗੀ ਆ, ਦੁੱਧ ਵਾਲੀ ਕਿਆ ਬਾਤ, ਕੱਲਾ ਕੱਲਾ ਥਣ ਮੁੱਕ ਗਿਆ। 24 ਲੀਟਰ ਦੁੱਧ ਚੋਇਆ ਵਾ ਮਾਲਕਾਂ ਦਾ। 24 ਲੀਟਰ ਆਪਣੀ ਲਿਆਂਦੀ ਵੀ ਆ। ਰਿਕਾਰਡ ਆ ਬਈ। ਪੂਰਾ ਤਾਰਾ ਬਹੁਤ ਚੰਗਾ। ਬਾਕੀ ਐਰਸ਼ਰ ਬਰੀਡ ਆ, ਮੰਗ ਬਹੁਤ ਐਰ ਸਹਿਰ ਬਰੀਡ ਆ। ਠੰਡੀ ਸੀਲ ਆ, ਦੁਨਾ ਪਾਸੇ ਬਹਿ ਕੇ ਮਰਜ਼ੀ ਜਿਹੜਾ ਮਰਜ਼ੀ ਚੋ ਕੇ ਲੈ ਜੇ। ਠੀਕ ਆ। ਹਾਂ ਥੱਲਿਓਂ ਕੋਈ ਹੱਥ ਵੀ ਨਾ ਲਾਵੇ, ਚਵਾਈ ਦੀ ਇੰਨੀ ਸਾਫ ਆ। ਬਿਊਟੀ ਦਿਖਾਓ ਬੱਸੀ ਦਾ ਫੇਸ, ਬੜਾ ਕੱਦ ਕਾਠ, ਫੇਸ ਬੜਾ ਚੰਗਾ, ਬੋਦੀ ਬਾਦੀ ਚੰਗੀ ਆ, ਸਾਰੀ ਬਿਲਕੁਲ ਚੰਗੀ ਆ ਦੇ ਵਿੱਚ ਬਹੁਤ ਆ, ਕਲਰ ਕਲਰ ਬਹੁਤ ਚੰਗਾ ਕਰਮਾ ਇਹਦਾ, ਚਮਕ ਵੀ ਫੁੱਲ ਆ। ਹਾਂ ਇਹਦਾ ਹਾਲ ਡਾਕਟਰ ਹਾਲੀ ਨਮਾਂਗਾ ਜਾਂ ਹੁਣੀ ਕਰਕੇ, ਥੋੜੀ ਜਿਹੀ ਆਪਣੇ ਕੋਲ ਥਾਂ ਦੀ ਤੰਗੀ, ਜੇ ਲੰਮੀ ਤੋਰ ਨਾ ਹੋਵੇ ਪਸ਼ੂ ਕਾ, ਸਹੀ ਗੱਲ, ਥੋੜਾ ਜਿਹਾ ਹੋਰ ਨਜ਼ਰ ਚ ਆ ਜਾਂਦਾ ਬੰਦੇ ਦੇ, ਸਮਝ ਹੀ ਨਹੀਂ ਆਉਂਦੀ ਹਨਾ। ਸਹੀ ਗੱਲ ਆ ਬਈ, ਸਹੀ ਗੱਲ। ਬੱਸੀ ਦਾ ਕੱਦ ਕਾਠ, ਬਰੀਕੀਆਂ ਦੇਖੋ ਬੱਸੀ ਚ, ਬਰੀਕੀਆਂ ਬਹੁਤ ਨੇ ਹਨਾ, ਬਹੁਤ ਜ਼ਿਆਦਾ ਬਰੀਕੀਆਂ। ਠੰਡੀ ਸੀਲ ਆ, ਜਿਵੇਂ ਮਰਜ਼ੀ, ਅੱਜ ਵੀ ਵਾਲਾ ਤਾਂ ਕੋਈ ਕੰਮ ਹੀ ਨਹੀਂ ਡਾਕਟਰ, ਜਿੱਧਰ ਦੀ ਮਰਜ਼ੀ ਬਹਿ ਕੇ ਚੋਲਾ। ਠੀਕ ਆ। ਆਪਾਂ 2 ਟਾਈਮ ਚਵਾ ਕੇ ਬੱਸੀ ਦੇ ਦਿਆਂਗੇ। ਬਹੁਤ ਠੀਕ। ਹਾਂ ਲੈ ਚੱਲ ਬਾਈ, ਥਾਣ ਲੈ ਬਾਈ, ਦਿਲ ਦੋਨਾਂ ਪਾਸੇ ਦਿਖਾ ਦੋ ਨਾੜਾ ਨੂੜਾ, ਇੱਧਰ ਵੀ ਬਹੁਤ ਚੰਗੀ ਆ। ਧੱਕਾ ਕਰਦੇ ਬੱਸੀ, ਇੱਥੇ ਖੜੂ ਸਾਡਾ ਡੱਕ ਖੋਲਣੀ ਤੇ ਲਾ ਲੈਣੇ, ਬੰਨ ਲਓ ਬਾਈ, ਇੱਥੇ ਬੰਨਦੇ ਆਪਾਂ। ਠੀਕ ਆ ਬਾਈ। ਨਾੜਾ ਨੂੜਾ ਬਾਈ ਲੇਵੇ ਤੇ ਫੁੱਲ ਆ, ਪਛਾਂ ਤੋਂ ਲੇਵਾ ਚੈੱਕ ਕਰ ਲਓ, ਫਾੜੀ ਵਾਲਾ ਆਰਡਰ, ਫਾੜੀ ਵਾਲਾ, ਕਿਆ ਬਾਤ ਆ, ਨਾੜਾ ਨੂੜਾ ਐ ਚਮਕ ਰਹੀਆਂ ਨਾ ਆਪਾਂ, ਕਿਆ ਬਾਤ ਆ। ਇੱਕ ਤਾਂ ਅਗਲਾ ਕਹਿ ਦਿੰਦਾ, ਸਹੀ ਗੱਲ, 24 ਲੀਟਰ ਸੱਜਰ ਦਾ ਦੁੱਧ, 15 ਲੀਟਰ ਆਪਾਂ 14 ਮਿਣਕੇ ਦੇ ਦਿਆਂਗੇ ਡਾਕਟਰ, ਕੋਈ ਮਰਜ਼ੀ ਬਾਈ ਲੈ ਜੇ। ਤੇ ਮੁੱਲ ਕੀ ਆ ਜੈ ਜੈ? ਮੁੱਲ ਡਾਕਟਰ ਕੁਛ ਮਰਜ਼ੀ ਕਰਾ ਲਓ, 61,000 ਦੇ ਵਿੱਚੋਂ ਮਾਨਤਾ ਨਹੀਂ ਹੋਊਗਾ। 61,000? ਹਾਂ, ਚੀਜ਼ ਦੇ ਪੈਸੇ ਲੈਣੇ ਆ, ਕੋਈ ਐ ਨਹੀਂ ਆਪਾਂ ਨੂੰ ਅਗਲਾ ਕਹਿੰਦਾ ਮੁੱਲ ਕਾ ਤਾਂ ਚੀਜ਼ ਆ। ਸਹੀ ਗੱਲ। ਹਾਂ ਤੁਹਾਨੂੰ ਵੀ ਪਤਾ ਹੁਣ ਕੀ ਚੀਜ਼ ਆ ਹਨਾ। ਸਹੀ ਗੱਲ ਆ ਬਈ। ਆ ਬੈਡ ਤਾਜੀ ਸੂਈ ਹੈ? ਹਾਂ ਜੀ ਇਹ ਤਾਜੀ ਸੂਈ। ਕਿਹੜਾ ਸੂਆ ਸੂਈ? ਇਹ ਤੀਜਾ ਸੂਆ ਸੂਈ ਵੀ ਡਾਕਟਰ, ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਆ। ਕਦੋਂ ਸੂਈ ਆ ਬਈ? ਇਹਨੂੰ ਹੋ ਗਏ ਹੋਣਗੇ 12 ਤੋਂ 13 ਦਿਨ ਡਾਕਟਰ। ਬੱਚਾ ਕੀ ਆ ਬਈ? ਮਗਰ ਬੱਸਾ ਜੀ। ਬੱਚਾ ਬਈ। ਦੁੱਧ ਕਿੰਨਾ ਹੁਣ ਨਿੱਟ? ਦੁੱਧ ਡਾਕਟਰ ਆਪਾਂ 12 ਲੀਟਰ ਮਨਾ ਕੇ ਦੇ ਦਿਆਂਗੇ। ਠੀਕ ਆ ਬਈ। ਹਾਂ ਕੋਈ ਮਰਜ਼ੀ ਲੈ ਜਾਓ, ਆਰਡਰ ਚੰਗਾ, ਜਿੰਨਾ ਹੋਊ ਉਨਾ ਹੀ ਕਹਾਂਗੇ। ਖੋਲੀ ਬਈ ਤੋਰੀ, ਕੱਦ ਫੁੱਲ ਆ। ਠੀਕ ਆ ਬਈ, ਰਾਜੀ ਆ, ਸਮੀ ਭਲੀ ਆ। ਚਵਾਈ ਤੂੰ ਵੀ ਕਿਵੇਂ ਬਈ? ਚਵਾਈ ਕਿਨੂੰਗਾ ਤਾਂ ਡਾਕਟਰ, ਕੋਈ ਹੱਥ ਵੀ ਨਾ ਲਾਵੇ, ਕੋਈ ਆਨਲਾਈਨ ਮੰਗਾ ਲੇ, ਤਾਂ ਵੀ ਗਰੰਟੀ ਦੇ ਦਿਆਂਗੇ। ਠੀਕ ਆ ਬਈ। ਆਪਾਂ ਡਾਕਟਰ ਐ ਨਹੀਂ ਪਸ਼ੂ ਲੈਣਾ, ਆਪਾਂ ਜੋ ਵੀ ਪਸ਼ੂ ਲੱਗੇ 2 ਟਾਈਮ ਚੋ ਕੇ ਲੈਨੇ ਆ। ਠੀਕ ਆ ਜੀ। ਹਾਂ ਕਰਕੇ ਸਹੀ, ਗਾਹਕ ਫਿਰ ਆਏ ਨੇ, ਆਪਾਂ ਨੂੰ ਅਗਲੇ ਨੂੰ ਕਹਿੰਦੇ ਵੀ ਧਾਰਾ ਮਾਰ ਚੜਾ ਜਾ, ਤੇਰੇ ਘਰ ਤੱਕ ਦੀ ਗਰੰਟੀ ਦੇ ਦਿਆਂਗੇ। ਠੀਕ ਆ ਬਈ। ਹਾਂ ਫੇਸ ਬੜਾ ਚੰਗਾ, ਕੱਦ ਚੰਗਾ, ਚੰਗੀ ਆ, ਸਾਰੀ ਚੰਗੀ ਆ ਡਾਕਟਰ, ਬੱਚਾ ਮਗਰ ਬਈ ਬੱਚਾ ਗਾ। ਹਾਂ ਤੇ ਮੁੱਲ ਕੀ ਆ ਦਾ ਜਾਇਜ਼ ਜਾ? ਫਿਰ 51,000 ਚੋਂ ਮਾਨਤਾਨ ਕਰ ਦਾਂਗੇ ਡਾਕਟਰ, 51,000 ਰੁਪਇਆ ਮੁੱਲ ਆ, ਮਾਨਤਾਨ ਜ਼ਰੂਰ ਕਰ ਦਾਂਗੇ। ਠੰਡੀ ਸੀਲ ਆ, ਧਾਰਾ ਮਾਰ ਕੇ ਦਿਖਾ ਦਿੰਨੇ ਆ, ਕੋਈ ਐ ਨਹੀਂ ਗੱਲ, ਨਾੜਾ ਨੂੜਾ ਬਹੁਤ ਚੰਗੀ ਹੈ ਨਾ, ਸਾਰੀ ਵਿਤਰਾ। ਹਾਂ ਡਾਕਟਰ
9 ਲੀਟਰ ਦੁੱਧ ਮਿਣਕੀ ਦੇ ਦਿਆਂਗੇ। ਕੋਈ ਵੀ ਵੀਰ ਮਿਣਕੇ ਲੈ ਜਾਏ ਆਪਦਾ, ਓਕੇ, ਜਿਹਨੇ ਥੋੜੇ ਪੈਸੇ ਲਾਉਣੇ ਆ, ਜਿਹਨੇ ਮੰਨ ਕੇ ਚੱਲ 80-90 ਹਜ਼ਾਰ ਮੈਂ ਤੇ ਲਾਉਣਾ, ਚੁੱਪ ਕਰਕੇ ਲੈ ਜਾਏ। 9 ਲੀਟਰ ਦੁੱਧ ਤਿਆਰ ਆ, ਤਿਆਰ ਆ ਗਿਆ, ਥਣ ਲੈ ਪਾ ਜਾਵਾਂ, ਬਿਲਕੁਲ ਸਾਫ਼ ਆ, ਦੁੱਧ ਗਾੜਾ ਹੋਊ ਪੂਰਾ ਪੂਰਾ ਬਈ। 4.5 ਫੈਟ ਦਾ ਦੁੱਧ ਪਾ ਕੇ ਆਈਦਾ ਡੈਰੀ ਤੇ। ਠੀਕ ਆ ਬਈ, ਹਾਂਜੀ, ਆਰਡਰ ਚੰਗਾ ਬਈ, ਤੇ ਥਣ ਲੈ ਬਾ ਚੰਗਾ, ਚਵਾਈ ਚੁਵੀ ਚੰਗੀ ਵੀਰੇ? ਮਹਾ ਬਿਲਕੁਲ ਡਾਕਟਰ, ਹੱਥ ਵੀ ਨਾ ਲਾਵੇ ਚਵਾਈ ਨੂੰ। ਠੀਕ ਆ, ਚਾਰੇ ਥਣ ਲੈ ਨਿਕਲਵੇ ਪੂਰੇ ਗੈਰ ਤੇ, ਕੱਲਾ ਕੱਲਾ ਥਣ, ਨਾੜਾ ਨੂੜਾ ਲੇਵੇ ਤੇ ਫੁੱਲ, ਕੱਦ ਵੱਢ ਚੰਗਾ, ਰੰਗ ਰੂਪ ਚੰਗਾ, ਤੋਕੜਾ ਬਈ, ਤੇ ਮੱਝਾਂ ਰੰਗਾ ਬਈ, ਕਹਿੰਦਾ ਦੁੱਧ ਕੋਈ ਚੱਕ ਨਹੀਂ, ਫੇਸ ਬੜਾ ਪਿਆਰਾ ਕਰਦਾ। ਹਾਂਜੀ, ਬਿਲਕੁਲ ਚੰਗੀ ਆ ਡਾਕਟਰ, ਜਿੰਨੀ ਵੀ ਹੈਗੀ ਆ, ਸਹੀ ਗੱਲ, ਕੋਈ ਐ ਨਹੀਂ ਵੀ ਛੋਟੀ ਆ, ਮਾੜੀ ਜੀ ਫਿੱਕੀ ਜ਼ਰੂਰ ਆ, ਇੰਨੀ ਵੀ ਨਹੀਂ ਫਿੱਕੀ, ਆਪਾਂ ਕਹਿ ਸਕਦੇ, ਆਪਣਾ ਵੀਡੀਓ ਚ ਦੱਸਣ ਦਾ ਹੱਕ ਆ। ਸਹੀ ਗੱਲ ਆ ਬਈ, ਹਾਂ, ਮੁੱਲ ਤਾਂ ਮੰਨ ਕੇ ਚੱਲ ਬੱਸਾਂ ਵਾਲਾ ਹੀ ਆ ਡਾਕਟਰ। ਅੱਛਾ, ਹਾਂ, ਜਿਹਨੇ ਮੰਨ ਕੇ ਚੱਲ ਵਿੱਚ ਅਵਸਰਾਂ ਬੱਸਾਂ ਬਾਈ ਲਈ ਜਾਂਦੇ ਆ, ਨਾਲੇ ਦੁੱਧ ਪਿਓ, ਨਾਲੇ ਖਰਚਾ ਤੋਰੂ, ਤੇ ਨਾਲੇ ਦੂਜੇ ਸੂਏ ਨੂੰ ਤਿਆਰ ਹੋਣ ਵਾਲੀ ਆ। ਕਿੰਨਾ ਮੁੱਲ ਆ ਬਈ? ਬਸ ਮੁੱਲ ਦਾ 20,000 ਚ ਮਾਨ ਤਾਨ ਕਰ ਦਾਂਗੇ ਡਾਕਟਰ। 20,000 ਰੁਪਇਆ ਮੁੱਲ ਮਾਨ ਤਾਨ, 9 ਲੀਟਰ ਦੁੱਧ ਕੋਈ ਵੀ ਆਉਂਦਾ, 2 ਟਾਈਮ 3 ਟਾਈਮ ਮਿਣ ਕੇ ਲੈ ਜਾਏ, ਠੰਡੀ ਸੀ ਲਾ। ਬਹੁਤ ਠੀਕ ਆ, ਹਾਂ, ਤੇ ਨਾਗਸੀ ਭਰਾ ਕੋਲੇ 3-3 ਲਿਖਾ ਤੇ ਡਾਕਟਰ ਸਾਹਿਬ, ਇਹ ਐਰ ਸ਼ਹਿਰ ਦਾ ਤਾਂ ਕੋਈ ਲੇਖਾ ਹੀ ਨਹੀਂ, ਇਹਦਾ ਤਾਂ ਕੋਈ ਲੇਖਾ ਹੀ ਨਹੀਂਗਾ। ਕੋਈ ਵੀ ਵੀਰ ਆਪਣੇ ਘਰੋਂ ਤਸੱਲੀ ਕਰਕੇ ਲੈ ਜੇ, ਆਪਣੀ ਚੈੱਕ ਕਰਵਾਈ ਵੀ ਆ, ਆਪਣੇ ਘਰੋਂ 2 ਟੰਗ ਚੋਲੇ 3 ਟੰਗ ਚੋਲੇ, ਘਰੋਂ ਬਾਹਰ ਦੀ ਡਾਕਟਰ ਕੋਈ ਗਰੰਟੀ ਨਹੀਂ। ਬਹੁਤ ਠੀਕ, ਆਪਾਂ ਵੀਡੀਓ ਚ ਕਹਿੰਦੇ ਮੁੜ ਕੇ ਐਵੇਂ ਅਗਲਾ ਤੱਕ ਗੱਲਾਂ ਕਰੀ ਜਾਂਦਾ, ਕੋਈ ਫਾਇਦਾ ਨਹੀਂ ਹੁੰਦਾ। ਸਹੀ ਗੱਲ ਆ, ਧੰਨਵਾਦ।